क्या हाल है सर जी? ठीक हो? की नाम है? कितो आए हो? 125 साल में यहां पे चली है। ते की केड़ी जींस लेके आए हो? मैं कपाह लेके आया। ते किन्ने एकड़ लाई सी? 3 एकड़ कपाह लाए। 3 एकड़? हां जी। केड़ा बीज लाया सीगा? कपाह मैं याद नहीं, पर अच्छी क्वालिटी हाइब्रिड बीज सी। कपाह तो मेरी अच्छी हुई, लेकिन स्प्रे में तो मेरा बड़ा खर्चा हो गया जी। खाद बड़ी मैंने महंगी मिली, यूरिया बड़ी महंगी मिली। एक दिन यूरिया सानू मिलती से 2700 नो, 7 दिन के बाद 3500 नो, फिर 7 दिन बाद 4000 नो, फिर 8 दिन के बाद आए फिर जी 4800 नो यूरिया जी। लेकिन साड़ी कपाह का रेट उपर तो थले आ रहा। तो असर जिम्मेदार तो छोटे है, लेकिन सानू ना हुकूमत नाल एक रिक्वेस्ट है कि खाद का सुबह तो शाम को फर्क पड़ जाता है, रेट उपर हो जाता है। लेकिन साड़ी जरेज ना से गंदम में कपाह तेल ने कपाह से वो शाम को और रेट होता, सुबह और हों, दोपहर थले ही आ रहा। तो हुकूमत को मेरी रिक्वेस्ट है कि सानू साड़ी जरेज ना से उन्होंने रेट बढ़ाया जाए, साड़ी कष्टकार की गल सुनी जाए जी, मेहरबानी की जाए। ਕਿੰਨੀ ਤਿੰਨਾਂ ਏਕੜਾਂ 'ਚੋਂ ਕਿੰਨੇ ਮਨ ਕਪਾਹ ਨਿਕਲੇ? ਸਾਡੇ ਤਕਰੀਬਨ 50 ਮਨ ਸੀ ਏਕੜ ਉਸਦਾਰ ਜੀ। ਯਾਨੀ 150 ਮਨ ਨਿਕਲੇ? ਹਾਂ, 150 ਮਨ। ਅਤੇ ਇੱਕ ਏਕੜ 'ਤੇ ਕਿੰਨਾ ਖਰਚਾ ਆਇਆ ਸੀ? ਏਕੜ 'ਤੇ ਤਕਰੀਬਨ 70,000 ਰੁਪਏ ਦੀ ਆਇਆ। 70,000 ਰੁਪਇਆ ਖਰਚਾ? ਅਤੇ ਰੇਟ ਕੀ ਲੱਗਾ ਅੱਜ ਕਪਾਹ ਦਾ? ਪਹਿਲੇ ਲੱਗਾ ਸੀ 8,000, ਫਿਰ 7,000, ਫਿਰ 6,000, ਹੁਣ 5,000 ਤੋਂ ਲੈਂਦੇ ਜੀ ਕੋਈ ਨਹੀਂ। ਫਿਰ 10 ਦਿਨ ਦੇ ਰੇਟ 'ਤੇ ਲੈਂਦੇ ਨੇ, 10 ਦਿਨ ਤੋਂ ਬਾਅਦ ਆਉਣਾ ਜੀ ਪੈਸੇ, 5 ਦਿਨ ਤੋਂ ਬਾਅਦ ਆਉਣਾ, ਫਿਰ ਥੋੜ੍ਹੇ ਥੋੜ੍ਹੇ ਕਰਕੇ ਦਿੰਦੇ ਨੇ ਜੀ। ਲੇਕਿਨ ਅਸਰ ਬੜੇ ਪਰੇਸ਼ਾਨ, ਜ਼ਿੰਮੇਦਾਰ ਬੜੇ ਪਰੇਸ਼ਾਨ, ਹਕੂਮਤ ਅੱਗੇ ਅਪੀਲ ਹੈ ਸਾਡੀ, ਮਿਹਰਬਾਨੀ ਕਰਨੀ, ਮੰਡੀਆਂ ਦਾ ਚੈੱਕ ਹੋਣਾ ਚਾਹੀਦਾ, ਰੇਟ ਚੈੱਕ ਹੋਣੇ ਚਾਹੀਦੇ ਨੇ ਜੀ, ਜ਼ਿੰਮੇਦਾਰਾਂ ਨਾਲ ਕੋਈ ਨਾ ਕੋਈ ਰਿਲੀਫ ਮਿਲਣਾ ਚਾਹੀਦਾ। ਕਮਿਸ਼ਨ ਕਿੰਨਾ ਦੇ ਰਹੇ? ਕਮਿਸ਼ਨ 150 ਰੁਪਇਆ ਮਨ ਦਾ ਵੀ ਲੈਂਦੇ ਨੇ, ਅਤੇ 4 ਰੁਪਏ ਸੈਂਕੜਾ ਵੀ ਕਰਦੇ ਨੇ ਸਾਡੇ ਕੋਲ। ਲੇਕਿਨ 4 ਰੁਪਏ ਸੈਂਕੜਾ ਤਾਂ ਜ਼ਿਆਦਾ ਹੈ, ਕਹਿੰਦੇ ਜ਼ਿੰਮੇਦਾਰ ਦੇ ਪੱਲੇ ਕੋਈ ਸ਼ਾਇਦ ਨਹੀਂ, ਤੇਲ ਮਹਿੰਗਾ, ਖਾਦ ਮਹਿੰਗੀ ਹੈ। ਲੇਕਿਨ ਆੜਤੀ ਕੋਲ ਜਦੋਂ ਜਾਂਦੇ ਹਾਂ ਜੀ, ਉਹ ਕੋਈ ਰਿਲੀਫ ਤਾਂ ਨਹੀਂ ਦਿੰਦੇ ਜੀ। ਅਤੇ 4 ਰੁਪਏ ਸੈਂਕੜੇ ਦਾ ਵੀ ਕੱਟਦੇ ਆ, ਅਤੇ 150 ਰੁਪਏ ਇੱਕ ਮਨ ਦਾ ਵੀ ਦਿੰਦੇ ਆ? ਕੁਝ 150 ਰੁਪਏ ਮੰਡ ਕਹਿੰਦੇ, ਫਿਰ ਉਹ ਬਣਾ ਲਈ ਆ ਬਕਾਇਆ, ਫਿਰ ਜੀ 4 ਰੁਪਏ ਸੈਂਕੜਾ ਕੱਟ ਕੇ ਉਹ ਇੱਕ ਮਨ ਦੇ ਵਿੱਚ ਤਕਰੀਬਨ 800-900 ਰੁਪਇਆ ਕਟੌਤੀ ਕੱਟ ਲੈਂਦੇ ਜੀ। ਅਤੇ ਉਹ 40 ਕਿਲੋ ਲੈਂਦੇ ਨੇ? 40 ਕਿਲੋ ਉਹ 40 ਕਿਲੋ ਕਪਾਹ 40 ਕਿਲੋ ਤੋਲਦੇ ਨੇ, ਬਾਕੀ ਤੁਸੀਂ ਤੇਲ ਹੈ ਉਹਦੀ ਕਿਲੋ ਕੱਟ ਕੱਟ ਲੈਂਦੇ ਨੇ। 70 ਕਿਲੋ ਦਾ ਬੈਗ ਜੀ ਮੱਕੀ ਦਾ, ਉਹਦਾ ਕਿਲੋ ਕੱਟਦੇ ਨੇ। ਲੇਕਿਨ ਬੈਗ ਦਾ ਵਜ਼ਨ ਹੁੰਦਾ ਜੀ 25 ਗ੍ਰਾਮ, 30 ਗ੍ਰਾਮ ਜਾਂ 50 ਗ੍ਰਾਮ, ਲੇਕਿਨ ਕਿਲੋ ਕਟੌਤੀ ਕੱਟ ਲੈਂਦੇ ਨੇ। ਕੀ ਕਹਿਣਾ ਚਾਹੋ? ਉਹਦੇ ਵਿੱਚ ਜਿਹੜਾ ਨਾ ਮੱਕੀ ਦਾ ਜਾਂ ਤਿਲਾਂ ਦਾ, ਉਹਦੀ ਜਿਹੜਾ ਨਾ ਦੜਾ ਉਹ ਘੱਟ ਹੋਣਾ ਚਾਹੀਦਾ, ਵੱਧ ਨਹੀਂ ਹੋਣਾ ਚਾਹੀਦਾ। ਕੀ ਕਹਿਣਾ ਚਾਹੋਗੇ ਹਕੂਮਤ ਨਾਲ? ਹਕੂਮਤ ਨੂੰ ਅਪੀਲ ਕਰਨਾ ਵੀ ਹਰ ਗੱਲਾਂ ਮੰਡੀ ਦੇ ਵਿੱਚ ਜਾਣਾ ਚਾਹੀਦਾ, ਮੱਕੀ ਦਾ 1/2 ਕਿਲੋ ਘੱਟ ਹੋਣੀ ਚਾਹੀਦੀ, ਕਿਲੋ ਨਹੀਂ ਹੋਣੀ ਚਾਹੀਦੀ। ਬਾਕੀ ਤਿਲਾਂ ਦਾ ਜਿਹੜਾ ਉਹ ਵੀ ਲੈਸ ਹੋਣਾ ਚਾਹੀਦਾ ਜੀ, ਗੰਦਮ ਦਾ ਜਿਹੜੀ ਕਾਟ ਹੈ ਉਹ ਵੀ ਘੱਟੋ ਦੀ ਘੱਟ ਹੋਣੀ ਚਾਹੀਦੀ ਹੈ, ਕਿਉਂਕਿ ਜ਼ਿੰਮੇਦਾਰ ਤਾਂ ਐਂਡ 'ਤੇ ਆ ਜਾਂਦਾ, ਜ਼ਿੰਮੇਦਾਰ ਨੂੰ ਤੂੜੀ ਬਚਦੀ ਹੈ ਜਾਂ ਫਿਰ ਧੱਕੇ ਬਚਦੇ ਨੇ, ਅਤੇ ਜ਼ਿੰਮੇਦਾਰ ਬੜਾ ਪਰੇਸ਼ਾਨ ਹੈ। ਬੜਾ ਮਿਹਰਬਾਨੀ ਹਕੂਮਤ ਅੱਗੇ ਅਪੀਲ ਹੈ ਵੀ ਸਾਡੀ ਸੁਣੀ ਜਾਵੇ।